ਸਾਰਿਆਂ ਨਾਲੋਂ ਵੱਡੀ ਇੰਪੋਰਟੈਂਟ ਗੱਲ ਇਹ ਹੈ ਕਿ ਜੇ ਬੱਚੇ ਜਿਹੜੇ ਆ ਅਮੀਰਾਂ ਦੇ, ਸਰਕਾਰੀ ਬੰਦਿਆਂ ਨੂੰ ਛੱਡੋ, ਅਮੀਰਾਂ ਦੇ, ਸਿਆਸਤਦਾਨਾਂ ਦੇ, ਜਿਹਨਾਂ ਲੋਕਾਂ ਕੋਲ ਐਕਚੁਅਲ ਤਾਕਤ ਹੈ ਪੋਲਿਸੀ ਬਣਾਉਣ ਦੀ, ਉਹਨਾਂ ਦੇ ਬੱਚੇ ਅਗਰ ਜਿਹੜੇ ਓਪੀਨੀਅਨ ਮੇਕਰਸ ਨੇ ਤੁਹਾਡੇ ਮੁਲਕ ਦੇ, ਇਸ ਸੂਬੇ ਦੇ ਨਹੀਂ ਬਾਕੀ ਸੂਬਿਆਂ 'ਚ ਵੀ ਵਿੱਦਿਆ ਦਾ ਤਕਰੀਬਨ ਇਹੀ ਹਾਲ ਹੈ, ਉਹ ਜਿਹੜੇ ਓਪੀਨੀਅਨ ਮੇਕਰ ਹੈ ਜੇ ਉਹਨਾਂ ਦੇ ਬੱਚੇ ਪ੍ਰਾਈਵੇਟ ਸਕੂਲ 'ਚ ਜਾਈ ਜਾਣਗੇ ਤਾਂ ਜਿਹੜੀ ਪਬਲਿਕ ਸਕੂਲ ਦੀ ਹਾਲਤ ਆ ਉਹ ਇੱਦਾਂ ਹੀ ਭੈੜੀ ਰਹਿਣੀ ਜਿੱਦਾਂ ਹੁਣ ਹੈ। ਦੇਖੋ ਨਾ, ਇਟਸ ਅ ਵਿਸ਼ਸ ਸਾਈਕਲ। ਗਰੀਬਾਂ ਦੇ ਨਿਆਣਿਆਂ ਨੂੰ ਰੀਸੋਰਸਿਸ ਨਹੀਂ ਮਿਲਦੇ, ਤੁਹਾਡੇ ਕੋਲ ਪ੍ਰੋਪਰ ਟੀਚਰਸ ਨਹੀਂ ਜ਼ਿਆਦਾ, ਤੁਹਾਡੇ ਕੋਲ ਕੰਪਿਊਟਰਸ ਨਹੀਂ, ਤੁਹਾਡੇ ਕੋਲ ਲੈਬੋਰਟਰੀਜ਼ ਨਹੀਂ, ਤੁਹਾਡੇ ਕੋਲ ਪ੍ਰੋਪਰ ਵਾਸ਼ਰੂਮਸ ਨਹੀਂ, ਤੁਹਾਡੇ ਕੋਲ ਪ੍ਰੋਪਰ ਕਲਾਸਰੂਮਸ ਨਹੀਂ, ਪ੍ਰੋਪਰ ਇੰਸਟਰਕਸ਼ਨਲ ਰੀਸੋਰਸਿਸ ਨਹੀਂ ਤੁਹਾਡੇ ਕੋਲ ਪਬਲਿਕ ਸਕੂਲ ਦੇ, ਜਿਹੜੇ ਆਪਾਂ ਲੋਕ ਗਵਰਮੈਂਟ ਸਕੂਲ ਜਿਹਨਾਂ ਨੂੰ ਕਹਿੰਦੇ ਹਾਂ। ਮੈਂ ਉਹਨਾਂ ਨੂੰ ਪਬਲਿਕ ਸਕੂਲ ਹੈ, ਅਸੀਂ ਕੈਨੇਡਾ 'ਚ ਉਹਨਾਂ ਨੂੰ ਪਬਲਿਕ ਸਕੂਲ ਕਹੀਦਾ, ਇੱਥੇ ਤਾਂ ਉਲਟਾ ਗੰਗਾ ਵਹਿੰਦੀ ਨਾ। ਸੋ ਉਹ ਜਿਹੜੀ ਚੀਜ਼ ਹੈ, ਜਿੰਨਾ ਚਿਰ ਉਹ ਨਹੀਂ ਹੋਏਗੀ ਉਨਾ ਚਿਰ ਤੁਸੀਂ ਪ੍ਰਾਈਵੇਟ ਮਨੀ ਦੇ ਨਾਲ ਕੰਪੀਟ ਨਹੀਂ ਕਰ ਸਕਦੇ ਹਾਂ। ਸੋ ਤੁਹਾਨੂੰ ਆਵਾਜ਼ ਇਹ ਉਠਾਉਣੀ ਚਾਹੀਦੀ ਹੈ ਕਿ ਪਬਲਿਕ ਸਕੂਲਾਂ ਨੂੰ ਰੀਸੋਰਸਿਸ ਚਾਹੀਦੇ ਆ। ਮੈਂ ਆਪਣੇ ਪਿੰਡ ਦੇ ਸਕੂਲ ਜਿੱਥੋਂ ਮੈਂ ਪੜ੍ਹ ਕੇ ਗਿਆ, ਉਹਨਾਂ ਨੇ ਮੈਨੂੰ 2 ਸਾਲ ਪਹਿਲਾਂ ਸੱਦਿਆ, ਉੱਥੇ ਅੱਧਾ ਕੰਪਲੀਮੈਂਟ ਹੈ ਟੀਚਰਸ ਦਾ, ਉਹਨਾਂ ਕੋਲ ਪੂਰੇ ਟੀਚਰਸ ਹੈ ਨਹੀਂ, ਸਰਕਾਰ ਟੀਚਰਸ ਦੇ ਨਹੀਂ ਰਹੀ। ਇਹਦਾ ਮਤਲਬ ਜਿਹੜੀ ਸਰਕਾਰ ਆ ਉਹ ਪਬਲਿਕ ਵਿੱਦਿਆ ਨੂੰ ਉਹਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ, ਅਤੇ ਉਹ ਲੋਕ ਇਹਦੇ ਖਿਲਾਫ ਖੜ੍ਹੇ ਨਹੀਂ ਹੈ। ਇਨਫੈਕਟ ਲੋਕਾਂ ਨੇ ਇਹ ਰਾਹ ਲੱਭ ਲਿਆ ਵੀ ਜੇ ਮੈਂ ਭੁੱਖਾ ਮਰ ਜੂੰ ਬੱਚਾ ਪ੍ਰਾਈਵੇਟ ਸਕੂਲ 'ਚ ਭੇਜਣਾ, ਰਾਦਰ ਦੈਨ ਲੜਨ ਲਈ ਕਿ ਜਿਹੜੀ ਪਬਲਿਕ ਵਿੱਦਿਆ ਉਹ ਖਤਮ ਨਹੀਂ ਹੋਣੀ ਚਾਹੀਦੀ। ਬਿਕੋਜ਼ ਯੂ ਕੈਂਟ ਬਿਲਡ ਐਨ ਇਗੈਲੀਟੇਰੀਅਨ ਨੇਸ਼ਨ, ਏ ਪ੍ਰੋਸਪਰਸ ਨੇਸ਼ਨ, ਏ ਨੇਸ਼ਨ ਵੇਅਰ ਪੀਪਲ ਆਰ ਫੇਅਰ, ਜਸਟ ਐਂਡ ਇਕੁਅਲ, ਯੂ ਕੈਂਟ ਬਿਲਡ ਦੈਟ ਕਾਇੰਡ ਆਫ ਕੰਟਰੀ ਔਨ ਪ੍ਰਾਈਵੇਟ ਐਜੂਕੇਸ਼ਨ। Because private education, no matter how many people go to it, can only be accessible to a very small percentage of the public. So, ਬਾਕੀ ਲੋਕਾਂ ਨੂੰ ਜੇ ਤੁਸੀਂ ਪ੍ਰੋਪਰ ਇਨਫੋਰਮੇਸ਼ਨ, ਪ੍ਰੋਪਰ ਸਹੂਲਤਾਂ ਨਹੀਂ ਦਿਓਗੇ ਤਾਂ ਮੁਲਕ ਕਦੇ ਨਹੀਂ ਸੁਧਰੇਗਾ। ਸੋ ਅਲਟੀਮੇਟਲੀ ਜਿਹੜੀ ਇਹ ਲੜਾਈ ਹੈ, ਇਹ ਪੋਲੀਟੀਸ਼ੀਅਨਸ ਨੂੰ ਕਰਨੀ ਚਾਹੀਦੀ ਹੈ ਜਦੋਂ ਇਲੈਕਸ਼ਨਾਂ ਲੜਦੇ। ਅਤੇ ਹੈਲਥ ਕੇਅਰ ਦੇ ਬਜਟ ਦੀ ਤੁਸੀਂ ਗੱਲ ਕਰਦੇ ਹਾਂ, ਜਦੋਂ ਮੈਂ ਪ੍ਰੋਵਿੰਸ਼ੀਅਲ ਪੋਲੀਟਿਕਸ ਦੇ ਵਿੱਚ ਸੀਗਾ, ਉਦੋਂ ਬ੍ਰਿਟਿਸ਼ ਕੋਲੰਬੀਆ ਦੇ ਸੂਬੇ ਦਾ ਤਕਰੀਬਨ $40 billion ਸਾਲ ਦਾ ਬਜਟ ਸੀ, ਜਿਹਦੇ ਵਿੱਚੋਂ 40-45% ਉਸ ਵੇਲੇ ਉਹਨਾਂ ਜ਼ਮਾਨਿਆਂ 'ਚ ਹੈਲਥ ਕੇਅਰ ਨੂੰ ਜਾਂਦਾ ਸੀ। 40-45% ਬਜਟ ਹੈਲਥ ਕੇਅਰ ਨੂੰ ਜਾਂਦਾ ਸੀ, ਅਤੇ ਬਾਕੀ ਬਿਗ ਚੰਕ ਜਿਹੜਾ ਸੀ ਉਹ ਐਜੂਕੇਸ਼ਨ ਨੂੰ ਜਾਂਦਾ ਸੀ। ਸੋ ਜੇ ਤੁਸੀਂ ਇੱਥੋਂ ਦਾ ਜਿਹੜਾ ਬਜਟ ਆ, ਸਾਰੇ ਹਿੰਦੁਸਤਾਨ ਦਾ ਬਜਟ ਜਿਹੜਾ, ਮੇਰੇ ਖਿਆਲ ਹੈਲਥ ਕੇਅਰ ਨੂੰ 3% ਜਾਂਦਾ ਜੀ। ਅਤੇ ਅਸੀਂ ਚੰਦ 'ਤੇ ਜਾਣ ਦੀਆਂ ਗੱਲਾਂ ਕਰਦੇ ਹਾਂ, ਧਰਤੀ ਦਾ ਗੰਦ, ਅਸੀਂ ਧਰਤੀ ਦੀ ਅਨਪੜ੍ਹਤਾ, ਧਰਤੀ ਦੀ ਗਰੀਬੀ ਉਹਨੂੰ ਮੁਕਾ ਨਹੀਂ ਸਕਦੇ ਹੈ, ਅਤੇ ਅਸੀਂ ਐਵੇਂ ਦਮ ਗਜੇ ਮਾਰੀ ਜਾਂਦੇ ਹਾਂ। ਸੋ ਇਹ ਜਿਹੜੀ ਗੱਲ ਹੈ ਨਾ, ਇਹ ਚੀਜ਼ਾਂ ਪੋਲੀਟੀਸ਼ੀਅਨਸ ਨੂੰ ਉਠਾਉਣੀਆਂ ਚਾਹੀਦੀਆਂ, ਐਕਟੀਵਿਸਟ ਨੂੰ ਉਠਾਉਣੀਆਂ ਚਾਹੀਦੀਆਂ, ਟੀਚਰਸ ਨੂੰ ਉਠਾਉਣੀਆਂ ਚਾਹੀਦੀਆਂ, ਸਟੂਡੈਂਟਸ ਨੂੰ ਉਠਾਉਣੀਆਂ ਚਾਹੀਦੀਆਂ, ਤਦੇ ਮੁਲਕ ਦਾ ਸੁਧਾਰ ਹੋਣਾ। ਮੈਂ ਬਹੁਤਾਂ ਤਾਂ ਬੋਲਣਾ ਨਹੀਂ ਚਾਹੁੰਦਾ, ਜੇ ਕਿਸੇ ਨੇ ਸਵਾਲ ਇੱਕ ਅੱਧਾ ਪੁੱਛਣਾ ਕੋਈ ਪੁੱਛ ਸਕਦੇ ਹਾਂ, ਕਿਉਂਕਿ ਮੈਂ ਮੇਰੇ ਜਿਹੜੇ ਵਿਚਾਰ ਆ ਉਹ ਡਿਫਰੈਂਟ ਵੀ ਹੋ ਸਕਦੇ। ਮੈਂ 1964 ਦਾ ਬਾਹਰ ਗਿਆ, ਮੈਨੂੰ ਬਹੁਤਾ ਨਹੀਂ ਪਤਾ ਇੱਥੇ ਬਾਰੇ, ਆਉਂਦਾ ਰਹਿੰਦਾ। ਤੁਸੀਂ ਉੱਥੋਂ ਦੀ ਥੋੜ੍ਹੀ ਜਿਹੀ ਵੇਰਵਾ ਹੋਰ ਦੇ ਉੱਤੇ, ਜਿਹੜਾ BC 'ਚ ਫਰਜ਼ ਕਰੋ ਐਜੂਕੇਸ਼ਨ ਸਿਸਟਮ BC 'ਚ ਕਿਸ ਤਰ੍ਹਾਂ ਦਾ? ਮੈਂ ਤੁਹਾਨੂੰ ਦੱਸਿਆ, BC ਦੇ ਵਿੱਚ ਮੇਰੇ ਤਿੰਨ ਲੜਕੇ ਆ ਜੀ, ਅਤੇ ਮੇਰੇ 6 ਗ੍ਰੈਂਡ ਚਿਲਡਰਨ ਆ। ਮੈਂ ਤਿੰਨਾਂ ਬੱਚਿਆਂ ਨੂੰ ਪਬਲਿਕ ਸਕੂਲ ਜਿਹੜੇ
ਨਾਟ ਪ੍ਰਾਈਵੇਟ ਸਕੂਲ, ਜਿਹੜੇ ਉੱਥੋਂ ਦੇ ਪਬਲਿਕ ਸਕੂਲ ਲੋਕਾਂ ਦੇ ਜਿਹੜੇ ਸਰਕਾਰੀ ਸਕੂਲ ਆ, ਹਾਂ ਗਵਰਨਮੈਂਟ ਫੰਡਡ ਸਕੂਲਸ, ਉਹਨਾਂ ਦੇ ਵਿੱਚ ਭੇਜਿਆ। ਅਤੇ ਮੇਰੇ ਜਿਹੜੇ 6 ਹੀ ਗ੍ਰੈਂਡ ਚਿਲਡਰਨ ਆ ਉਹ ਗਵਰਨਮੈਂਟ ਸਕੂਲਸ ਦੇ ਵਿੱਚ ਜਾ ਰਹੇ ਆ। ਉੱਥੇ ਵੀ ਚਾਈਨੀਜ਼ ਅਤੇ ਹਿੰਦੁਸਤਾਨੀਆਂ 'ਚ ਇੱਕ ਤੁਰ ਪਈ ਰੀਤ ਕਿ ਅਸੀਂ ਆਪਣੇ ਬੱਚੇ ਜਿਹੜੇ ਆ ਭਾਵੇਂ ਰੋਟੀ ਨਹੀਂ ਮਿਲਦੀ ਤਾਂ ਅਸੀਂ ਪ੍ਰਾਈਵੇਟ ਸਕੂਲਾਂ 'ਚ ਭੇਜਣੇ ਆ। ਅਤੇ ਜਿੱਥੋਂ ਦੀ ਰੀਸਰਚ ਇਹ ਕਹਿੰਦੀ ਐਕਚੁਅਲੀ, ਅੱਜ ਤੋਂ 5-7 ਸਾਲ ਪਹਿਲਾਂ ਰੀਸਰਚ ਹੋਈ ਸੀ ਕਿ ਜਿਹੜੇ ਬੱਚੇ ਪਬਲਿਕ ਸਕੂਲਸ ਦੇ ਵਿੱਚ ਜਾਂਦੇ ਆ ਜਾਂ ਪ੍ਰਾਈਵੇਟ ਸਕੂਲਸ ਦੇ ਵਿੱਚ ਜਾਂਦੇ ਆ ਉਹਨਾਂ ਦਾ ਕੀ ਫਰਕ ਆ। ਉਹਨਾਂ ਦੀ ਰੀਸਰਚ ਨੇ ਇਹ ਸਾਬਤ ਕੀਤਾ ਕਿ ਜਿਹੜੇ ਬੱਚੇ ਸਰਕਾਰੀ ਸਕੂਲਾਂ 'ਚ ਬਾਕੀ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਢਾਹ ਕੇ ਖਹਿ ਕੇ ਪੜ੍ਹਦੇ ਆ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਉਹ ਵਧੀਆ ਹੁੰਦੀ ਹੈ। ਐਂਡ ਦੇ ਜਾ ਕੇ ਉਹ ਸਾਰੇ ਲੋਕਾਂ ਨਾਲ ਮਿਲ ਵਰਤ ਸਕਦੇ ਆ, ਸਾਰੇ ਲੋਕਾਂ ਨੂੰ ਸਮਝ ਸਕਦੇ ਆ, ਉਹਨਾਂ ਦੇ ਰਿਲੀਜੀਅਸ ਐਟੀਚਿਊਡ ਨਹੀਂ ਹੈ, ਉਹ ਅਰੋਗੈਂਟ ਨਹੀਂ ਹੈ, ਉਹ ਬੜੇ ਸਕਸੈਸਫੁਲ ਹੈ ਜ਼ਿੰਦਗੀ ਦੇ ਵਿੱਚ, ਡਿਸਪ੍ਰਪੋਰਸ਼ਨੇਟਲੀ ਸਕਸੈਸਫੁਲ ਸਰਕਾਰੀ ਸਕੂਲਾਂ ਦੇ ਬੱਚੇ ਆ ਸਾਡੇ ਸੂਬੇ 'ਚ। ਸੋ ਤੁਸੀਂ ਮਤਲਬ ਜਿਹੜਾ ਵੱਧ ਤੋਂ ਵੱਧ ਪੈਸੇ ਦੇ ਕੇ ਪੜ੍ਹਿਆ ਉਹ ਜ਼ਰੂਰੀ ਨਹੀਂ ਭੇਜਿਆ ਜਾਂਦਾ। ਹੁਣ ਦੇਖੋ ਮੈਂ ਇੱਥੋਂ ਪਿੰਡ ਦੇ ਸਕੂਲ ਤੋਂ ਪੰਜਾਬੀ ਸਕੂਲ 'ਚੋਂ ਪੜ੍ਹ ਕੇ ਗਿਆ, ਮੈਂ ਅੰਗਰੇਜ਼ੀ ਬੋਲਣੀ ਇੰਗਲੈਂਡ ਜਾ ਕੇ ਸਿੱਖੀ 18 ਸਾਲ ਦੀ ਉਮਰ 'ਚ, ਅਤੇ ਮੈਂ ਵੀ ਕਾਮਯਾਬ ਹੋ ਗਿਆ। ਸਮਾਜ ਨੂੰ ਇਹੋ ਜਿਹਾ ਬਣਾਉਣਾ ਚਾਹੀਦਾ ਕਿ ਅਸੀਂ ਪਬਲਿਕ ਰੀਸੋਰਸਿਸ, ਪਬਲਿਕ ਹੈਲਪ 'ਤੇ ਐਮਫੈਸਿਸ ਦਈਏ। ਅਤੇ ਆ ਜਿਹੜਾ ਤੁਸੀਂ ਕਈ ਦਫ਼ਾ ਨਾ ਪ੍ਰਾਈਵੇਟ ਕਰਨ ਕਹਿ ਦਿੰਦੇ ਹਾਂ ਕਿ ਅਸੀਂ ਪ੍ਰਾਈਵੇਟ ਹੋਈ ਕਰੀ ਜਾਂਦੇ ਹਾਂ, ਇੱਕ ਨੌਕਰੀਆਂ ਦੀ ਗੱਲ ਜਿਹੜੀ ਤੁਸੀਂ ਕੀਤੀ, ਸਿਲੇਬਸ ਦੀ ਗੱਲ ਕੀਤੀ ਸੀ, ਦੇਖੋ ਕਿਸੇ ਵੀ ਸਮਾਜ ਦੇ ਵਿੱਚ ਨਾ ਸਰਕਾਰੀ ਨੌਕਰੀਆਂ 90% ਨਹੀਂ ਹੁੰਦੀਆਂ, 10% ਵੀ ਨਹੀਂ ਹੁੰਦੀਆਂ। ਜਿਹੜੇ ਮੁਲਕ 'ਚ ਮੈਂ ਹਾਂ ਉੱਥੇ ਸਰਕਾਰੀ ਨੌਕਰੀਆਂ 10% ਵੀ ਨਹੀਂ ਹੈ, 90% ਨੌਕਰੀਆਂ ਜਿਹੜੀਆਂ ਉਹ ਪ੍ਰਾਈਵੇਟ ਐਂਟਰਪ੍ਰਾਈਜ਼ ਤੋਂ ਮਿਲਦੀਆਂ। ਸੋ ਇਸ ਗੱਲ ਨੂੰ ਕਹੀ ਜਾਣਾ ਕਿ ਜਿਹੜੇ ਪ੍ਰਾਈਵੇਟ ਦਾਇਰੇ ਆ ਅਦਾਰੇ ਆ ਉਹਨਾਂ ਨੂੰ ਵਧਣਾ ਨਹੀਂ ਚਾਹੀਦਾ, ਉਹਨਾਂ ਨੂੰ ਤਾਕਤਵਰ ਨਹੀਂ ਹੋਣਾ ਚਾਹੀਦਾ, ਉਹਨਾਂ ਨੂੰ ਪੈਸੇ ਨਹੀਂ, ਜੇ ਉਹ ਉਹਨਾਂ ਨੂੰ ਪੈਸੇ ਬਣਨਗੇ ਉਹ ਟੈਕਸ ਦੇਣਗੇ ਤਾਂ ਹੀ ਤੁਹਾਡੀਆਂ ਸੜਕਾਂ ਬਣਨਗੀਆਂ, ਸਕੂਲ ਬਣਨਗੇ, ਹਸਪਤਾਲ ਬਣਨਗੇ, ਜੇ ਉਹਨਾਂ 'ਚ ਬਹੁਤੇ ਲੋਕ ਕੰਮ ਕਰਨੇ ਤਾਂ ਹੀ ਟੈਕਸ ਬੇਸ ਵਧੀਆ ਹੋਊਗਾ। ਸੋ ਇੱਥੇ ਥੋੜ੍ਹੀ ਜਿਹੀ ਇਹ ਆ, ਜਦੋਂ ਬੱਚੇ ਨੂੰ ਅਸੀਂ ਬੀ ਏ ਵੀ ਕਰਾ ਦਿੰਦੇ ਨਾ, ਜਿਹੜਾ ਅੱਜ ਕੱਲ੍ਹ ਬੀ ਏ ਦਾ ਮਤਲਬ ਕੋਈ ਨਹੀਂ ਹੈ, ਆਰਟਸ ਦੀ ਬੀ ਏ ਦਾ ਕੀ ਮਤਲਬ ਹੈ ਅਦਰ ਦੈਨ ਬੀਂਗ ਵਾਈਜ਼ ਐਂਡ ਸਮਾਰਟ ਐਂਡ ਨੋਇੰਗ ਫਿਲੋਸਫੀ ਐਂਡ ਪੋਲੀਟਿਕਸ ਐਂਡ ਆਲ ਆਫ ਦੀ ਅਦਰ ਇੰਪੋਰਟੈਂਟ ਥਿੰਗਸ ਇਨ ਲਾਈਫ, ਉਹਦਾ ਰੋਟੀ ਕਮਾਉਣ ਨਾਲ ਤਾਂ ਕੋਈ ਸੰਬੰਧ ਨਹੀਂ ਹੈ। ਪ੍ਰੋਫੈਸਰ ਬਣ ਸਕਦੇ ਹਾਂ, ਟੀਚਰ ਬਣ ਸਕਦੇ ਹਾਂ, ਸਕਾਲਰ ਬਣ ਸਕਦੇ ਹਾਂ, ਪਰ ਉਹ ਤੁਹਾਡੀ ਨੌਕਰੀ ਤਾਂ ਕੋਈ ਨਹੀਂ ਨਾ ਉਹ ਕਿਤੋਂ ਲੈ ਸਕਦੇ। ਸੋ ਅਲਟੀਮੇਟਲੀ ਜਿਹੜੀ ਤੁਹਾਡੀ ਐਜੂਕੇਸ਼ਨ ਆ ਇਟ ਸ਼ੁੱਡ ਬੀ ਪ੍ਰੋਡਿਊਸਿੰਗ ਦ ਕਾਇੰਡ ਆਫ ਪੀਪਲ ਯੂ ਨੀਡ ਇਨ ਦਾ ਮਾਰਕੀਟ। ਅਤੇ ਮਾਰਕੀਟ ਪਬਲਿਕ ਆ, ਸਾਰਿਆਂ ਨੇ IAS, IFS, IPS ਨਹੀਂ ਬਣਨਾ ਅਤੇ ਕਲਰਕ ਨਹੀਂ ਬਣਨਾ, ਯੂ ਹੈਵ ਟੂ ਹੈਵ ਜੋਬਸ ਇਨ ਦਾ ਪ੍ਰਾਈਵੇਟ ਸੈਕਟਰ। ਜਿਹੜਾ ਤੁਹਾਡਾ ਪ੍ਰਾਈਵੇਟ ਸੈਕਟਰ ਜਿੰਨਾ ਥਰਾਈਵਿੰਗ ਹੋਊਗਾ ਉਨਾ ਤੁਹਾਡਾ ਮੁਲਕ ਜਿਹੜਾ ਖੁਸ਼ਹਾਲ ਹੋਊਗਾ। ਉਹ ਸਰਕਾਰ ਕੋਲ ਟੈਕਸ ਜ਼ਿਆਦਾ ਹੋਣਗੇ, ਸਰਕਾਰ ਫਿਰ ਪਬਲਿਕ ਐਜੂਕੇਸ਼ਨ ਨੂੰ ਦੇ ਸਕਦੀ ਹੈ। ਸੋ ਆਹ ਜਿਹੜੀ ਪਬਲਿਕ ਪ੍ਰਾਈਵੇਟ ਦੀ ਟੈਨਸ਼ਨ ਮੈਂ ਹਿੰਦੁਸਤਾਨ ਜਦੋਂ ਵੀ ਦੇਖਦਾ ਨਾ, ਅਤੇ ਕੁਛ ਅੰਸ਼ ਇਹੋ ਜਿਹੇ ਹੁੰਦੇ ਜਿਹੜੇ ਪ੍ਰਾਈਵੇਟ ਐਂਟਰਪ੍ਰਾਈਜ਼ ਨੂੰ ਥੋੜ੍ਹਾ ਜਿਹਾ, ਦੇਖੋ ਜੇ ਤਾਂ ਮੋਦੀ ਨੇ ਰੇਲਵੇ ਵੇਚਣੀ ਆ, ਮੈਂ ਉਹਦੇ ਖਿਲਾਫ ਹਾਂ, ਕਿਉਂਕਿ ਜਿਹੜੇ ਜਿਹੜੀਆਂ ਪਬਲਿਕ ਐਸੈਟਸ ਆ ਉਹ ਨਹੀਂ ਵੇਚਣੀਆਂ ਚਾਹੀਦੀਆਂ ਸਰਕਾਰ ਨੂੰ। ਸਰਕਾਰ ਦੀ ਜ਼ਮੀਨ ਹੋਵੇ, ਸਰਕਾਰ ਦੀਆਂ ਐਸੈਟਸ ਹੋਣ, ਉਹਨਾਂ ਤੋਂ ਪੈਦਾਵਾਰ ਕਰੇ ਸਰਕਾਰ, ਆਮਦਨ ਲਵੇ, ਲੋਕਾਂ 'ਤੇ ਖਰਚੇ, ਉਹ ਚੀਜ਼ਾਂ ਨਹੀਂ ਪ੍ਰਾਈਵੇਟ ਹੋਣੀਆਂ ਚਾਹੀਦੀਆਂ। ਲੇਕਿਨ ਜਿਹੜੀ ਪ੍ਰਾਈਵੇਟ ਐਂਟਰਪ੍ਰਾਈਜ਼ ਆ ਉਹਨੂੰ ਵਧਣਾ ਫੁੱਲਣਾ ਚਾਹੀਦਾ ਤਾਂ ਕਿ ਟੈਕਸ ਬੇਸ ਵੱਧ ਕੇ ਤੁਹਾਨੂੰ ਰੁਜ਼ਗਾਰ ਹੋਰ ਮਿਲ ਸਕਣ। ਸਰਕਾਰੀ ਨੌਕਰੀਆਂ ਨਾਲ ਹਿੰਦੁਸਤਾਨ ਦਾ ਛੁਟਕਾਰਾ ਨਹੀਂ ਹੋ ਸਕਦਾ।
ਨਾ ਪੰਜਾਬ ਦਾ।